ਮੈਨੂੰ ਅਸ਼ਟਮ ਸਾਹਿਬ ਦਾ ਹੁਕਮ ਆਇਆ ਸੀਗਾ ਵੀ ਜਿਲ੍ਹੇ ਦੇ ਵਿੱਚ ਜਾਖੇ ਹੋ ਗਏ ਉੱਥੇ ਜੋ ਫਸਲ ਬੀਜੀ ਹੋਈ ਆ ਉਸ ਸੰਬੰਧੀ ਰਿਪੋਰਟ ਹੁਣ ਆ ਰਹੇ ਸੀਗੇ ਅਤੇ ਰਿਪੋਰਟ ਤਿਆਰ ਕਰਕੇ ਲੈ ਕੇ ਆਏ ਉੱਥੇ ਉਹ 32 ਏਕੜ ਕਣਕ ਹੈ ਜੀ ਉਹ 25 ਦਿਨ ਹੋ ਗਏ ਵੱਢੀ ਪਈ ਨੂੰ ਉਹਦਾ ਉਹ ਸਾਰੀ ਖੇਤਾਂ 'ਚ ਖਿੰਡੀ ਪਈ ਆ ਨਾਲ ਤੁਸੀਂ 400 ਦਿਹਾੜੀ ਛੱਡ ਕੇ 250 ਰੁਪਏ ਵੱਢ ਰਹੇ ਮਜਬੂਰੀ ਹੈ ਸਾਨੂੰ ਤਾਂ ਜੀ ਮਜਬੂਰੀ ਹੈ ਜਿੱਥੇ ਸਾਨੂੰ ਕਰਨ ਨੂੰ ਖਾਣ ਨੂੰ ਮਿਲਦਾ ਉਸ ਤਾਂ ਉੱਥੇ ਹੀ ਜਾਣਾ ਕਰਕੇ ਖਾਣਾ ਸੀ ਸਰ ਸਾਨੂੰ ਕੋਈ ਉਹ ਨਹੀਂ ਹੈਗਾ ਜਿੱਥੇ ਸਾਨੂੰ ਮਿਹਨਤ ਮਿਲੀ ਸਰ ਉਸ ਤਾਂ ਉੱਥੇ ਹੀ ਖਾਣਾ ਦਾ ਕਰਕੇ ਗਰਾਊਂਡ ਵਿੱਚ ਰੁੱਲ ਰਹੀ ਕਣਕ ਦੀਆਂ ਇਹ ਤਸਵੀਰਾਂ ਓਪਨ ਜੇਲ੍ਹ ਨਾਭਾ ਦੀਆਂ ਨੇ ਅਤੇ ਇਸ ਕਣਕ ਦੇ ਖਰਾਬ ਅਤੇ ਰੁੱਲਣ ਦਾ ਜ਼ਿੰਮੇਵਾਰ ਵੀ ਕੋਈ ਹੋਰ ਨਹੀਂ ਬਲਕਿ ਓਪਨ ਜੇਲ੍ਹ ਨਾਭਾ ਦਾ ਸੁਪਰਡੈਂਟ ਸੁੱਚਾ ਸਿੰਘ ਹੀ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਨਾਭਾ ਦੀ ਓਪਨ ਜੇਲ੍ਹ 'ਚ ਤਕਰੀਬਨ 32 ਕਿੱਲਿਆਂ 'ਚ ਕਣਕ ਅਤੇ 7 ਕਿੱਲਿਆਂ 'ਚ ਜਵੀ ਹੋਈ ਸੀ ਲੋਕਡਾਊਨ ਦੇ ਚਲਦਿਆਂ ਵੀ ਸੁਪਰਡੈਂਟ ਸਾਹਿਬ ਨੇ 30 ਤੋਂ 40 ਮਜ਼ਦੂਰਾਂ ਨੂੰ ਕਣਕ ਦੀ ਵਾਢੀ ਦੇ ਕੰਮ 'ਤੇ ਲਗਾ ਦਿੱਤਾ ਜਦਕਿ ਇਹ ਸਾਰਾ ਕੰਮ ਕੰਬਾਈਨ ਨਾਲ ਵੀ ਜਲਦੀ ਹੋ ਸਕਦਾ ਸੀ ਪਰ ਸੁਪਰਡੈਂਟ ਸਾਹਿਬ ਨੇ ਸਾਰੀ ਕਣਕ ਮਜ਼ਦੂਰਾਂ ਤੋਂ ਹੱਥਾਂ ਨਾਲ ਹੀ ਕਰਫਿਊ ਦੇ ਦੌਰਾਨ ਵੜਵਾ ਦਿੱਤੀ ਅਤੇ ਬਾਅਦ ਵਿੱਚ ਜੇਲ੍ਹ ਦੇ ਬਾਹਰ ਰੁੱਲਣ ਲਈ ਸੁੱਟ ਦਿੱਤੀ ਖੇਤ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਬਹੁਤ ਸਾਰੀ ਫਸਲ ਖਰਾਬ ਹੋ ਗਈ ਹੈ ਅਤੇ ਬਾਕੀ ਦੀ ਬਚੀ ਹੋਈ ਵੀ ਜਲਦੀ ਹੀ ਖਰਾਬ ਹੋ ਜਾਵੇਗੀ ਅਮਰੀਤ ਸਿੰਘ ਜੀ ਕੀ ਕੰਮ ਕਰਦੇ ਤੁਸੀਂ ਅਸੀਂ ਮਜ਼ਦੂਰੀ ਕਰਦੇ ਹਾਂ ਜੀ ਜਿਹੜੀ ਕਣਕ ਇੱਥੇ ਸੜਕ 'ਤੇ ਸਿੱਟੀ ਪਈ ਹੈ ਇਹਦੇ ਖਰਾਬ ਤਾਂ ਹੋਣ ਦੇ ਕਿਨਾਰੀ ਹੈ ਖਰਾਬ ਹੋ ਚੁੱਕੀ ਹੈ ਤਾਂ ਜੀ ਹੁਣ ਸਭ ਨੂੰ ਪਤਾ ਹੋਊਗਾ ਜੀ ਲੇਬਰ ਉੱਧਰੋਂ ਵੱਢ ਕੇ ਲਿਆ ਰਹੀ ਹੈ ਜੀ ਇਕੱਠੇ ਕਰਕੇ ਫਿਰ ਹੜੰਬੇ ਨਾਲ ਕੱਢਣਗੇ ਸਾਹਿਬ ਜੀ ਲੇਟ ਨਹੀਂ ਹੋਊਗੀ ਮੰਡੀਆਂ ਦਾ ਕਣਕ ਦੀ ਖਰੀਦ ਹੈ ਜਿਹੜੀ ਖਤਮ ਵੀ ਹੋ ਚੁੱਕੀ ਸਰਕਾਰੀ ਜੀ ਤਾਂ ਹੁਣ ਸਭ ਨੂੰ ਪਤਾ ਹੋਊਗਾ ਜੀ ਦੇਖੋ ਸਾਨੂੰ ਹੁਣੇ ਲੱਗੇ ਹੋਏ ਸੀ ਕੱਲ ਬਰਸਾਤ ਹੋਈ ਹੈ ਬਰਸਾਤ 'ਚ ਬਾਅਦ ਹੀ ਢੱਗੀ ਸੀ ਇਹਨੂੰ ਨਾ ਜੀ ਟੱਪੀ ਨਹੀਂ ਸੀ ਅਜੇ ਪਈ ਅੱਧੇ ਪਈ ਆ ਉਹ ਪਰਲੇ ਪਾਸੇ ਵੀ ਐਂ ਪਈ ਆ ਉਹ ਵੀ ਐਂ ਪਈ ਆ ਸਾਰੀ ਕਿੰਨੇ ਕੁ ਕਿੱਲੇ ਨੇ ਜਿਹੜੇ ਵੱਡੇ ਨੇ ਐਂ ਤਾਂ ਜੀ ਪਤਾ ਨਹੀਂ ਉੱਧਰ ਵੱਢੀ ਪਈ ਆ ਕੁਛ ਹਲੇ ਵੱਢ ਕੇ ਲਿਆ ਰਹੇ ਨੇ ਖੇਤ 'ਚ ਵੀ ਪਈ ਆ ਖੇਤ 'ਚ ਪਈ ਆ ਜੀ ਹਾਂ ਇਹ ਝਾੜੇ ਰਹੀ ਆ ਫਿਰ ਸਾਰੀ ਝੜ ਰਹੀ ਆ ਖਰਾਬ ਹੋ ਰਹੀ ਆ ਕਾਲਾ ਪੈ ਗਿਆ ਦਾਣਾ ਤੁਹਾਨੂੰ ਲੱਗਦਾ ਤੁਸੀਂ ਮਜ਼ਦੂਰੀ ਕਰਦੇ ਤੁਹਾਨੂੰ ਵਧੀਆ ਐਕਸਪੀਰੀਅੰਸ ਆ ਵੀ ਖਰਾਬ ਹੋਣ ਦੀ ਕਿਨਾਰੀ ਆ ਜੇ ਨਾ ਚੱਕੀ ਗਈ ਹੁਣ ਤਾਂ ਜੀ ਹੁਣ ਸਭ ਨੂੰ ਪਤਾ ਹੋਊਗਾ ਦੇਖੋ ਅਸੀਂ ਤਾਂ ਮਜ਼ਦੂਰ ਬੰਦੇ ਹਾਂ ਜੀ ਸਭ ਨੂੰ ਪਤਾ ਹੋਊਗਾ ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਦੀ ਖਬਰ SDM ਸਾਹਿਬ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਦੀ ਜਾਂਚ ਦੇ ਲਈ ਤਹਿਸੀਲਦਾਰ ਕਰਮਜੀਤ ਸਿੰਘ ਦੀ ਡਿਊਟੀ ਲਗਾਈ ਅਤੇ ਇਸ ਸੰਬੰਧੀ ਜਦੋਂ ਤਹਿਸੀਲਦਾਰ ਕਰਮਜੀਤ ਸਿੰਘ ਸੁਪਰਡੈਂਟ ਸੁੱਚਾ ਸਿੰਘ ਨੂੰ ਮਿਲਣ ਲਈ ਓਪਨ ਜੇਲ੍ਹ ਗਏ ਤਾਂ ਸੁੱਚਾ ਸਿੰਘ ਉਹਨਾਂ ਨੂੰ ਮਿਲਿਆ ਹੀ ਨਹੀਂ ਹਾਲਾਂਕਿ ਤਹਿਸੀਲਦਾਰ ਸਾਹਿਬ ਦੇ ਵੱਲੋਂ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰ ਨੂੰ ਭੇਜ ਦਿੱਤੀ ਗਈ ਹੈ ਤਹਿਸੀਲਦਾਰ ਸਾਹਿਬ ਦਾ ਸਾਫ਼ ਕਹਿਣਾ ਹੈ ਕਿ ਸੁਪਰਡੈਂਟ ਨੇ ਆਪਣੀ ਮਰਜ਼ੀ ਨਾਲ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਜੇਲ੍ਹ ਦੇ ਅਧਿਕਾਰੀ ਵੀ ਦਬੀ ਹੋਈ ਜ਼ੁਬਾਨ ਨਾਲ ਬੋਲ ਰਹੇ ਸਨ ਇੱਕ ਕੋਈ ਜੇਲ੍ਹ ਦੇ ਵਿੱਚ ਕੋਈ ਸ਼ਿਕਾਇਤ ਜੀ ਆਈ ਸੀਗੀ ਮਤਲਬ ਉਹਦੇ ਸੰਬੰਧ 'ਚ ਤੁਸੀਂ ਕੋਈ ਦੌਰਾ ਕਰਕੇ ਆਏ ਸੀਗੇ ਉਹਦਾ ਕੀ ਹੈਗਾ ਮੈਨੂੰ ਅਸ਼ਟਮ ਸਾਹਿਬ ਦਾ ਹੁਕਮ ਆਇਆ ਸੀਗਾ ਵੀ ਜੇਲ੍ਹ ਦੇ ਵਿੱਚ ਜਾਕੇ ਹੋ ਗਏ ਉੱਥੇ ਜੋ ਫਸਲ ਬੀਜੀ ਹੋਈ ਆ ਉਸ ਸੰਬੰਧੀ ਰਿਪੋਰਟ ਹੁਣ ਆ ਰਹੇ ਸੀਗੇ ਰਿਪੋਰਟ ਤਿਆਰ ਕਰਕੇ ਲੈ ਕੇ ਆਓ ਉੱਥੇ ਉਹ 32 ਏਕੜ ਕਣਕ ਹੈ ਜੀ ਉਹ 25 ਦਿਨ ਹੋ ਗਏ ਵੱਢੀ ਪਈ ਨੂੰ ਉਹਦਾ ਉਹ ਸਾਰੀ ਖੇਤਾਂ 'ਚ ਖਿੰਡੀ ਪਈ ਹੈ ਕੁਛ ਹੁਣ ਉਹ ਭਾਰ ਭੁਰ ਬੰਨ ਰਹੇ ਨੇ ਅਜੇ ਤੱਕ ਉਹ ਕਣਕ ਥਰੈਸਰ ਰਾਹੀਂ ਕੱਢੀ ਨਹੀਂ ਗਈ ਅਤੇ ਹੁਣ ਉਹ ਮੌਕਾ ਦੇਖਿਆ ਉਹਦੀ ਰਿਪੋਰਟ ਮੈਂ ਅੱਗੇ ਸਰਕਾਰ ਨੂੰ SDM ਸਾਹਿਬ ਨੂੰ ਭੇਜ ਕੇ ਅੱਗੇ ਉੱਚ ਅਧਿਕਾਰੀਆਂ ਨੂੰ ਭੇਜਾਂਗਾ ਅੱਛਾ ਉਹਨਾਂ ਦਾ ਕਿਹਾ ਜਿਹਾ ਮਤਲਬ ਵਰਤਾਓ ਸੀਗੇ ਜੇਲ੍ਹ ਅਧਿਕਾਰੀਆਂ ਦਾ ਤੁਹਾਡੇ ਨਾਲ ਜੇਲ੍ਹ ਅਧਿਕਾਰੀ ਤਾਂ ਸੈੱਟ ਸੀਗੇ ਸਾਰੇ ਉਹ ਠੀਕ ਸੀਗੇ ਉਹ ਦਬੀ ਜਵਾਨ ਨਾਲ ਇਹ ਗੱਲ ਕਬੂਲ ਕਰਦੇ ਸੀਗੇ ਪਰੰਤੂ ਉੱਥੇ ਜਿਹੜਾ ਜੇਲ੍ਹ ਸੁਪਰਡੈਂਟ ਆ ਸੁੱਚਾ ਸਿੰਘ ਉਹ ਅੱਜ ਮੌਕੇ 'ਤੇ ਹਾਜ਼ਰ ਵੀ ਨਹੀਂ ਸੀਗਾ ਅਤੇ ਉਹ ਉਸ ਤਰ ਉਸ ਦੀ ਵਜ੍ਹਾ ਨਾਲ ਉਹ ਸਾਰੀ ਕਣਕ ਜਿਹੜੀ ਹੈਗੀ ਹੈ ਉਹ ਖਰਾਬ ਹੋ ਰਹੀ ਹੈ ਟੋਟਲੀ ਸਰਕਾਰ ਦਾ ਮੇਰੇ ਖਿਆਲ ਵੀ 35% ਦਾ ਨੁਕਸਾਨ ਹੋ ਚੁੱਕਾ ਜੀ ਇਹ ਕਿੱਥੇ ਵਰਤੋਂ 'ਚ ਆਉਂਦੀ ਹੈ ਜਿਹੜੀ ਮਤਲਬ ਕਣਕ ਹੈਗੀ 32 ਏਕੜ ਦਾ ਜੋ ਵੀ ਹੈਗਾ ਠੇਕਾ ਵਗੈਰਾ ਜਾਂ ਫਸਲ ਵਗੈਰਾ ਕਿੱਥੇ ਵਰਤੋਂ 'ਚ ਲਿਆਉਂਦੇ ਇਹਨੂੰ ਆਪਾਂ ਸਰਕਾਰ ਖੁੱਲ੍ਹੀ ਖੇਤੀ ਉੱਥੇ ਹੋ ਰਹੀ ਹੈ ਜੀ ਜੇਲ੍ਹ ਦੇ ਵਿੱਚ ਉਹ ਖੁੱਲ੍ਹੀ ਖੇਤੀ ਦੇ ਵਿੱਚ ਜਿਹੜੀ ਬੀਜੀ ਹੋਈ ਆ ਉਹ ਸਰਕਾਰ ਦੀਆਂ ਜੋ ਉੱਥੇ ਸਰਕਾਰ ਦੇ ਖਜ਼ਾਨੇ 'ਚ ਵੀ ਇਹਦਾ ਜਮ੍ਹਾਂ ਹੁੰਦਾ ਸਰਕਾਰ ਦੇ ਉਹ ਫਿਰ ਮਤਲਬ ਕਿੱਥੇ ਵਰਤਦੇ ਨਹੀਂ ਪੈਸਾ ਜਿਹੜਾ ਜਮ੍ਹਾਂ ਹੁੰਦਾ ਜਿਹੜੇ ਜੇਲ੍ਹ ਅਧਿਕਾਰੀ ਆਪਣੀ ਉਹਦੇ 'ਤੇ ਵਰਤ ਰਹੇ ਜਿਹੜੀ ਖੇਤੀ ਦਾ ਹੋਇਆ ਜੀ ਉਹ ਜਿਹੜੇ ਉੱਥੇ ਖੇਤੀ ਕਰਦੇ ਆ ਜਿਹੜੇ ਕੈਦੀ ਕਰ ਰਹੇ ਆ ਉੱਥੇ ਖੇਤੀ ਉਹਦੀ ਹਾਂ ਉੱਥੇ ਖੇਤੀ ਹੋ ਰਹੀ ਹੈ ਜੇਲ੍ਹ ਦੇ ਕੈਦੀ ਕਰਾ ਰਹੇ ਆ ਹਾਂਜੀ ਕੈਦੀਆਂ ਤੋਂ ਕਰਾ ਰਹੇ ਆ ਕੈਦੀਆਂ ਤੋਂ ਠੀਕ ਹੈ ਉਹਦੀ ਜਿਹੜੀ ਆਮਦਨ ਹੈ ਉਹ ਜੇਲ੍ਹ ਕੋਲੇ ਹਾਂ ਜੇਲ੍ਹ ਕੋਲੇ ਜਾਂਦੇ ਅਸੀਂ ਪੂਰੇ ਮਾਮਲੇ ਸੰਬੰਧੀ ਕਈ ਦਿਨਾਂ ਤੋਂ ਫੋਨ ਤੇ ਸੁਪਰਡੈਂਟ ਸੁੱਚਾ ਸਿੰਘ ਨਾਲ ਗੱਲਬਾਤ ਕਰਨੀ ਚਾਹ ਰਹੇ ਆ ਪਰ ਉਹਨਾਂ ਨੇ ਇੱਕ ਵਾਰ ਵੀ ਸਾਡਾ ਫੋਨ ਹੁਣ ਤੱਕ ਨਹੀਂ ਚੁੱਕਿਆ ਸੋ ਜੇਕਰ ਦੇਖਿਆ ਜਾਵੇ ਤਾਂ ਸੁਪਰਡੈਂਟ ਸੁੱਚਾ ਸਿੰਘ ਜਿਸ ਨੇ ਕਿ ਆਪਣੀ ਮਨਮਾਨੀ ਦੇ ਚਲਦਿਆਂ ਸਰਕਾਰ ਦੀ ਤਕਰੀਬਨ 40 ਕਿੱਲਿਆਂ ਦੀ ਕਣਕ ਨੂੰ ਖਰਾਬ ਕਰ ਦਿੱਤਾ ਹੈ ਕਿਉਂਕਿ ਇੱਕ ਪਾਸੇ ਤਾਂ ਸੁਪਰਡੈਂਟ ਸਾਹਿਬ ਨੇ 30 ਤੋਂ 40 ਮਜ਼ਦੂਰ ਲਗਾ ਕੇ ਲੋਕਡਾਊਨ ਦੇ ਨਿਯਮ ਤਾਂ ਤੋੜੇ ਹੀ ਉੱਥੇ ਸਰਕਾਰ ਦਾ ਇੰਨਾ ਵੱਡਾ ਨੁਕਸਾਨ ਵੀ ਕਰ ਦਿੱਤਾ
ਤੁਹਾਨੂੰ ਦੱਸ ਦਈਏ ਕਿ ਸੁਪਰਡੈਂਟ ਸੁੱਚਾ ਸਿੰਘ ਨੇ ਜੇਲ੍ਹ ਵਿੱਚ 4 ਕੁੱਤੇ, 2 ਗਊਆਂ, 1 ਮੱਝ ਅਤੇ 1 ਘੋੜਾ ਵੀ ਰੱਖਿਆ ਹੋਇਆ ਹੈ, ਜਿਨ੍ਹਾਂ ਦਾ ਖਾਣ ਪੀਣ ਦਾ ਪ੍ਰਬੰਧ ਵੀ ਜੇਲ੍ਹ ਦੇ ਖਰਚੇ 'ਚੋਂ ਹੀ ਕੀਤਾ ਜਾ ਰਿਹਾ ਹੈ। ਤੁਹਾਨੂੰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਆਪਣੀ ਮਰਜ਼ੀ 'ਤੇ ਸਰਕਾਰ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਸੁਪਰਡੈਂਟ ਸੁੱਚਾ ਸਿੰਘ 'ਤੇ ਪਹਿਲਾਂ ਵੀ ਜੇਲ੍ਹ ਦੇ ਕੈਦੀਆਂ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਚਲਦਿਆਂ ਕੈਦੀਆਂ ਦੇ ਵੱਲੋਂ ਧਰਨੇ ਵੀ ਲਗਾਏ ਗਏ ਸਨ। ਪਰ ਸੁਪਰਡੈਂਟ ਸਾਹਿਬ ਦੇ ਕੰਨ 'ਤੇ ਤਾਂ ਜੂੰ ਤੱਕ ਨਹੀਂ ਸਰਕਦੀ ਅਤੇ ਨਾ ਹੀ ਉਹਨਾਂ ਨੂੰ ਕਿਸੇ ਵੀ ਉੱਚ ਅਧਿਕਾਰ ਦਾ ਡਰ ਹੈ। ਜੇ ਹੁੰਦਾ ਤਾਂ ਉਹ ਸਰਕਾਰ ਦੀ ਫਸਲ ਨੂੰ ਖਰਾਬ ਨਾ ਹੋਣ ਦਿੰਦੇ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਸਰਕਾਰ ਦੇ ਉੱਚ ਅਧਿਕਾਰੀ ਸੁੱਚਾ ਸਿੰਘ 'ਤੇ ਕੋਈ ਕਾਰਵਾਈ ਕਰਦੇ ਹਨ ਜਾਂ ਨਹੀਂ। ਬਿਊਰੋ ਰਿਪੋਰਟ, ਏਵਨ ਪੰਜਾਬੀ TV। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫ੍ਰੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫ੍ਰੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।